ਗਿੱਲ ਸਾਹਿਬ ਦੂਸਰੀ ਗੱਲ ਕਰੀਏ, ਜਿਹੜਾ ਦੂਜਾ ਦ੍ਰਿਸ਼ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਗਿਆ ਜਾਂ ਸਾਹਮਣੇ ਆਇਆ ਤੇ ਚਰਚਾ ਦਾ ਵਿਸ਼ਾ ਹੈ, ਉਹ ਹੈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਖਿਲਾਫ ਸਰਕਾਰ ਦੀ ਕਾਰਵਾਈ। ਤੇ ਨਾਲ ਨਾਲ ਇਹ ਕਾਰਵਾਈ ਉਦੋਂ ਹੁੰਦੀ ਹੈ ਜਦੋਂ ਸਿੱਧੂ ਮੂਸੇਵਾਲੇ ਦੀ ਬਰਸੀ 'ਚ ਹਜੇ 1 ਦਿਨ ਬਾਕੀ ਹੈ ਤੇ ਜਦੋਂ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ 1 ਦਿਨ ਪਹਿਲਾਂ ਹੋਈ ਹੈ। ਇਹ ਮੌਕਾ ਮੇਲ ਹੈ ਜਾਂ ਗਿਣੀ ਮਿਥੀ ਸਾਜਿਸ਼ ਲਈ ਕੀ ਕਹਾਣੀ ਹੈ ਸਾਰੇ ਵਿੱਚ? ਜਿਹੜਾ ਵਰਤਾਰਾ ਹੁਣ ਮਾਰਚ 18 ਨੂੰ ਉੱਭਰਿਆ ਨਾ ਪੰਜਾਬ 'ਚ, ਜੀ ਉਹ ਜੋ ਮਨਸ਼ੇ ਸੈਂਟਰਲ ਸਰਕਾਰ ਚਾਹੁੰਦੀ ਸੀ ਉਹਨੂੰ ਸੰਪੂਰਨਤਾ ਦਿੱਤੀ ਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਅਤੇ ਇਹਨਾਂ ਦੀ ਪੁਲਿਸ ਨੇ, ਕਿਉਂਕਿ ਉਹਦੇ ਰਾਹੀਂ ਜਿਹੜਾ ਪ੍ਰਗਟਾਵਾ ਹੋਇਆ ਸਾਰਿਆਂ ਨਾਲੋਂ ਵੱਡਾ, ਕਿ ਇਹਨੇ ਇਹ ਦਰਸਾ ਰਿਹਾ ਕਿ ਸੋਚ ਦਾ ਅੰਧੇਰਾ ਜਿਹੜਾ ਹੁੰਦਾ ਨਾ ਉਹ ਰਾਤ ਦੇ ਅੰਧੇਰਿਆਂ ਨਾਲੋਂ ਵੀ ਕਿਤੇ ਜ਼ਿਆਦਾ ਹਨੇਰਾ ਹੁੰਦਾ। ਇਹ ਜਿਹੜੀ ਬੌਧਿਕਤਾ ਦੀ ਘਾਟ ਕਰਕੇ, ਇੱਕ ਦੂਰ ਅੰਦੇਸ਼ੀ ਦੀ ਘਾਟ ਕਰਕੇ ਇਹਨਾਂ ਨੇ ਪੰਜਾਬ ਦੇ ਹਨੇਰਿਆਂ ਨੂੰ ਵਧਾਇਆ। ਮਤਲਬ ਕਿ ਕਹਿਣੀ ਤੇ ਕਰਨੀ ਵਿੱਚ ਸਾਫ ਨਜ਼ਰ ਆਇਆ। ਉਹਦੇ ਵਿੱਚ ਜੋ ਵਰਤਾਰਾ ਪੰਜਾਬ 'ਚ ਪਿਛਲੇ ਕੁਛ ਦਿਨਾਂ ਤੋਂ ਚੱਲ ਰਿਹਾ ਉਹਦੇ ਵਿੱਚ ਸਟੇਟ ਰਿਪਰੈਸ਼ਨ ਦਾ ਨੰਗਾ ਨਾਚ ਹੋਇਆ। ਜੀ ਖਾਸ ਕਰਕੇ ਮੈਂ ਤੁਹਾਨੂੰ ਇੱਕ ਹਰੀਕੇ ਪੱਤਣ ਦੀ ਗੱਲ ਦੱਸਦਾ, ਉੱਥੇ ਵਿਦਰੋਹ ਵਜੋਂ ਲੋਕ ਸੜਕਾਂ 'ਤੇ ਬੈਠੇ ਸੀ, ਪੰਜਾਬ ਪੁਲਿਸ ਉਹਨਾਂ ਨਾਲ ਨੈਗੋਸ਼ੀਏਟ ਕਰ ਰਹੀ ਸੀ ਕਿ ਤੁਸੀਂ ਰਾਹ ਖੋਲ੍ਹ ਦਿਓ। DC ਫਿਰੋਜ਼ਪੁਰ ਨੇ ਵੀ ਆਪਣੀਆਂ ਐਫਰਟਸ ਦੇ ਰਾਹੀਂ ਇੱਕ ਰਾਹ ਖੋਲ੍ਹ ਲਿਆ ਸੀ। ਉਸ ਤੋਂ ਬਾਅਦ ਵੀ ਉਹਨਾਂ ਨੂੰ ਆਰਡਰ ਆ ਰਹੇ ਸੀ ਸੈਂਟਰਲ ਫੋਰਸ ਦੇ ਵੀ ਨਹੀਂ, ਸਾਰਾ ਰਾਹ ਖਾਲੀ ਕਰਾਓ। ਉਸ ਡਿਸਪਾਈਟ ਕਿ ਜਿਹੜਾ ਪੰਜਾਬ ਪੁਲਿਸ ਦਾ DSP ਸੀ ਉਹ ਕਹਿ ਰਿਹਾ ਸੀ ਸੈਂਟਰ ਫੋਰਸ ਵਾਲਿਆਂ ਨੂੰ ਵੀ ਕੋਈ ਕਨਫਰੰਟੇਸ਼ਨ ਨਾ ਕਰੋ, ਅਸੀਂ ਲੋਕਾਂ ਨੂੰ ਆਪ ਸਮਝਾ ਕੇ ਇੱਥੋਂ ਉਠਾ ਲੈਂਦੇ ਹਾਂ। ਜੀ ਉਹਨਾਂ ਦੇ ਕਹਿਣ ਦੇ ਬਾਵਜੂਦ ਸੈਂਟਰਲ ਫੋਰਸਿਸ ਨੇ ਜੋ ਇੱਥੇ ਪੰਜਾਬ ਦੀ ਧਰਤੀ 'ਤੇ 90 ਤੇ 80 ਵੇਲੇ ਨੰਗਾ ਨਾਚ ਖੇਡਿਆ ਸੀਗਾ ਪੰਜਾਬ ਪੁਲਿਸ ਦੀ ਮਦਦ ਨਾਲ, ਉਹਦੇ ਪ੍ਰਗਟਾਵੇ ਕਈ ਥਾਵਾਂ 'ਤੇ ਪੰਜਾਬ 'ਚ ਹੋਏ ਆ ਅਤੇ ਉਹ ਹਰੀਕੇ ਪੱਤਨ ਵੀ ਹੋਏ ਆ। ਇਕੱਲੇ ਉੱਥੇ ਪ੍ਰਦਰਸ਼ਨਕਾਰੀ ਹੀ ਨਹੀਂ ਕੁੱਟੇ ਗਏ, ਖਦੇੜੇ ਗਏ, ਉਹਨਾਂ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਨੇ। ਇਹ ਜਿਹੜਾ ਸਟੇਟ ਰਿਪਰੈਸ਼ਨ ਆ, ਲਾਅ ਐਂਡ ਆਰਡਰ ਦਾ ਜਿਹੜਾ ਇਸ਼ੂ ਸਟੇਟ ਸਬਜੈਕਟ ਆ, ਉਹਨੂੰ ਇਹ ਗਿਰਵੀ ਰੱਖਿਆ ਸੈਂਟਰ 'ਚ ਜਾ ਕੇ CM ਭਗਵੰਤ ਮਾਨ। ਅਤੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਕਿ ਦਿੱਲੀ ਦਰਬਾਰੀਆਂ ਦੀ ਸੋਚ ਹਮੇਸ਼ਾ ਪੰਜਾਬ ਦੇ ਨਗਾਰਿਆਂ ਦੇ ਨਾਲ ਟੱਕਰ 'ਚ ਰਹੀ ਆ। ਠੀਕ ਆ, ਉਹਦੇ ਕਾਰਨ ਜਿਸ ਤਰ੍ਹਾਂ ਬਣੇ, ਮੈਂ ਉਹ ਕਾਰਨ ਨੂੰ ਨਾ ਮੈਂ ਪਹਿਲੇ ਅੱਜ ਤੋਂ 6 ਮਹੀਨੇ ਪ੍ਰੂਵ ਕਰਦਾ ਸੀ ਨਾ ਮੈਂ ਅੱਜ ਕਰਦਾ। ਪੰਜਾਬ ਨੂੰ ਠੀਕ ਆ ਖੁਦ ਮੁਖਤਿਆਰੀ ਦੀ ਲੋੜ ਆ, ਪਰ ਜੇ ਤੁਸੀਂ ਕਹੋ ਵੀ ਇਹਨੂੰ ਸਮੇਟ ਕੇ ਆਪਾਂ ਇੱਕ ਜਿਹੜਾ ਸੁਪਨੇ ਮਈ ਇੱਕ ਰੰਗ ਦੇ ਲਾਂਗੇ, ਮੇਰਾ ਖਿਆਲ ਉਹ ਇੱਕ ਸੋਚ ਜਿਹੜੀ ਹੈਗੀ ਆ ਉਹ ਇੱਥੇ ਸੋਚ ਦਾ ਅੰਧੇਰੇ ਦਾ ਪ੍ਰਗਟਾਵਾ ਹੈਗਾ। ਇਹ ਸਟੇਟ ਰਿਪਰੈਸ਼ਨ ਕਰਕੇ ਵਰਲਡ ਵਾਈਡ ਸਿੱਖਾਂ ਨੇ ਆਪਣੇ ਰੋਹ ਦਾ ਮੁਜ਼ਾਹਰਾ ਕੀਤਾ। ਪਰ ਮੈਂ ਇਸ ਚੀਜ਼ 'ਤੇ ਇਹ ਵੀ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਸੈਨ ਫਰਾਂਸਿਸਕੋ, ਲੰਡਨ ਜਾਂ ਆਸਟ੍ਰੇਲੀਆ 'ਚ ਜਿੱਦਾਂ ਨੰਗੇ ਨਾਚ ਪ੍ਰਦਰਸ਼ਨਕਾਰੀਆਂ ਨੇ ਕੀਤੇ ਨੇ, ਉਹਦੇ ਨਾਲ ਤੁਸੀਂ ਸਾਡੀ ਸਿੱਖਾਂ ਦੀ, ਸਿੱਖ ਕੌਮ ਦੀ ਛਵੀ ਨੂੰ ਡਿੱਗਿਆ। ਜੇ ਤੁਸੀਂ ਸਿਵਲਾਈਜ਼ਡ ਮੁਲਕਾਂ ਵਿੱਚ ਰਹਿ ਕੇ ਵੀ ਤੁਸੀਂ ਸਿਵਲਾਈਜ਼ਡ ਵੇਜ਼ ਦੇ ਨਾਲ ਤੁਸੀਂ ਆਪਣਾ ਪ੍ਰੋਟੈਸਟ ਨਹੀਂ ਕਰ ਸਕਦੇ, ਤਾਂ ਮੇਰਾ ਖਿਆਲ ਹੈ ਪੰਜਾਬ ਦੀ ਬਦਕਿਸਮਤੀ ਆ। ਜਿੱਥੋਂ ਮੈਂ ਆਪਣਾ ਫਿਕਰਾ ਸ਼ੁਰੂ ਕੀਤਾ ਸੀ ਨਾ, ਇਹ ਪ੍ਰਗਟਾਉਂਦਾ ਹੈਗਾ ਕਿ ਸੋਚ ਦਾ ਅੰਧੇਰਾ ਕਾਲੀਆਂ ਰਾਤਾਂ ਦੇ ਅੰਧੇਰੇ ਨਾਲੋਂ ਵੀ ਡੂੰਘਾ ਹੁੰਦਾ, ਤੇ ਉਹਦਾ ਪ੍ਰਗਟਾਵਾ ਜਿਸ ਤਰ੍ਹਾਂ ਤੁਸੀਂ ਉੱਥੇ ਸ਼ੀਸ਼ੇ ਭੰਨ ਰਹੇ ਆ ਸੈਨ ਫਰਾਂਸਿਸਕੋ ਜਾਂ ਹੋਰ ਥਾਵਾਂ ਤੇ, ਕੀ ਆਪਾਂ ਇੰਨੇ ਕੋਰੇ ਹੋ ਗਏ ਆ ਕਿ ਆਪਾਂ ਨੂੰ ਪ੍ਰਦਰਸ਼ਨ ਕਰਨ ਦੇ ਤੌਰ ਤਰੀਕੇ ਸਿਵਲਾਈਜ਼ਡ ਮੈਨਰ ਦੇ ਭੁੱਲ ਗਏ ਆ? ਉਹਦੇ ਨਾਲ ਤੁਸੀਂ ਸਾਡਾ ਦੁੱਖ ਵਧਾ ਰਹੇ ਆ। ਅਸੀਂ ਇੱਥੇ ਮਨਿਓਰਟੀ ਆ ਪੰਜਾਬ 'ਚ, ਅਸੀਂ ਲੀਡਰਾਂ ਤੋਂ ਵਿਹੂਣੇ ਆ ਪੰਜਾਬ 'ਚ ਅੱਜ ਸਿੱਖ, ਤੇ ਪੰਜਾਬ ਵੀ ਵਿਹੂਣਾ। ਲੀਡਰਸ਼ਿਪ ਵੈਕਿਊਮ ਆ ਬਹੁਤ ਡੀਪ, ਬਹੁਤ ਡੂੰਘਾ ਵੈਕਿਊਮ ਆ। ਇੱਕ ਮੈਜੋਰਿਟੇਰੀਅਨ ਸਟੇਟ ਦੀਆਂ ਜਿਹੜੇ ਔਨਸਲੌਟਸ ਨੇ, ਬਾਰ ਬਾਰ ਸਾਡੇ 'ਤੇ ਉਹਨਾਂ ਦੇ ਹਮਲੇ ਹੋ ਰਹੇ ਨੇ, ਉਹਨਾਂ ਤੋਂ ਜੇ ਅਸੀਂ ਬਚਣਾ ਤਾਂ ਸਾਨੂੰ ਆਪਣੇ ਵੇਸ ਤੇ ਆਪਣੇ ਮੀਨਸ ਦੇ ਵਿੱਚ ਤਬਦੀਲੀ ਲਿਆਉਣੀ ਪਊਗੀ।
दूसरे जिहड़े उत्थों चैनल चल रहे ने एक अपने सुपने मई दुनिया का ना लैके यह वर्तारे 84 वेले भी चले आ, यह हुण भी चल रहे आ। अपनी सोच न थोड़ा उजागर करो, जे तुसी गात्रे पाए आ, गुरु का नाम लिया, तो घट्टो घट उहदी शरण का थोड़ा जा लिहाज करो, तो इत्थों झूठे प्रचार ना करो, थोड़ा सच्चाई नू जानो कि पंजाब का दर्द की आ। जिहड़े पंजाब दीआं फॉल्ट लाइनस ने ਉਹ ਇਸ ਵਰਤਾਰੇ ਨਾਲ ਉਭਰੀਆਂ ਨੇ, ਉਹਨਾਂ ਨੂੰ ਆਪਾਂ ਸੰਜੀਦਗੀ ਨਾਲ ਕਿਸ ਤਰ੍ਹਾਂ ਭਰਨਾ, ਜੋ ਸਾਡਾ 1967 ਵਿੱਚ ਅਕਾਲੀ ਦਲ ਦਾ ਮੈਨੀਫੈਸਟੋ ਸੀਗਾ, ਉਹ ਸਾਡੀਆਂ ਮੰਗਾਂ ਦੀ ਤਰਜਮਾਨੀ ਕਰਦਾ ਅੱਜ ਵੀ। ਪਰ ਬਦਕਿਸਮਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਉਸ ਅਕੀਦਿਆਂ ਤੋਂ ਕੋਹਾਂ ਦੂਰ ਜਾ ਚੁੱਕਿਆ, ਉਹਨਾਂ ਨੂੰ ਇਹਨਾਂ ਨੇ ਮਲੀਆ ਮੇਟ ਕੀਤਾ ਆਪਣੀਆਂ ਨਿੱਜ ਦੀਆਂ ਸਿਆਸਤਾਂ ਕਰਕੇ। ਉਹ 1967 ਵਿੱਚ ਕੀ ਮਤਾ ਸੀਗਾ, ਮੈਨੀਫੈਸਟੋ ਸੀਗਾ ਕਿ ਸਾਨੂੰ 370 ਆਰਟੀਕਲ ਵਾਂਗੂ ਪੰਜਾਬ ਨੂੰ ਰੁਤਬਾ ਦਿੱਤਾ ਜਾਵੇ, ਜਿਹਦੇ ਨਾਲ ਸਾਡਾ ਆਪਣਾ ਫਲੈਗ ਹੋਵੇ, ਸਾਡਾ ਆਪਣਾ ਕਾਂਸਟੀਟਿਊਸ਼ਨ ਹੋਵੇ, ਅਤੇ ਸਾਨੂੰ ਆਪਣੇ ਸਟੇਟ 'ਤੇ ਖੁਦ ਮੁਖਤਿਆਰੀ ਦਾ ਅਧਿਕਾਰ ਹੋਵੇ। ਇਹ ਡਿਮਾਂਡ ਸੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਇਹ ਪੰਜਾਬੀ ਸੂਬੇ ਦੇ ਮੋਰਚੇ ਚੋਂ ਨਿਕਲੇ ਸੀਗੇ ਜੀ। ਪਰ ਉਹਦੇ ਤੇ ਖੜੇ ਨਹੀਂ ਉਸ ਭੰਬਲ ਪੂਸੇ ਨੇ ਜਿਹੜਾ ਹੁਣ ਤੱਕ ਸਾਨੂੰ ਰੋਲਿਆ ਤੇ ਸਟੇਟ ਨੂੰ ਸਾਡੇ ਤੇ ਜ਼ੁਲਮ ਕਰਨ ਦਾ ਮੌਕਾ ਦਿੱਤਾ। ਹੁਣ ਤੁਸੀਂ ਦੇਖੋ ਕਿੰਨੇ ਸੌਵਾਂ ਬੱਧੀ ਪੰਜਾਬ ਦੇ ਨੌਜਵਾਨ ਖਦੇੜੇ ਜਾ ਰਹੇ ਆ ਸਟੇਟ ਰਿਪਰੈਸ਼ਨ ਅੱਗੇ। ਇਹੀ ਕੁਛ ਇਹਨਾਂ ਨੇ ਕੌਮੀ ਇਨਸਾਫ ਮੋਰਚੇ ਵੇਲੇ ਜਿਹੜੇ ਉੱਥੇ ਬੈਠੇ ਸੀਗੇ, ਭਾਵੇਂ ਮੈਂ ਅਪਰੂਵ ਨਹੀਂ ਕਰਦਾ ਕਿ ਇਸ ਤਰ੍ਹਾਂ ਦੇ ਮੁਜ਼ਾਹਰੇ ਕਰੋ, ਤੁਸੀਂ ਪੀਸਫੁਲ ਮੈਨਰ ਨਾਲ ਆਪਣਾ ਰੋਸ ਪ੍ਰਗਟਾਵਾ ਕਰੋ, ਨਾ ਕਿ ਇਹਨੂੰ ਵਾਇਲੈਂਟ ਪੱਧਰ 'ਤੇ ਆਪਣੇ ਪ੍ਰਗਟਾਵੇ ਕਰੋ। ਆਪਾਂ ਅਗਰੈਸਰ ਨਹੀਂ ਹੈਗੇ, ਆਪਾਂ ਇੱਕ ਅਗਰੀਵਡ ਮਨਿਓਰਟੀ ਵਜੋਂ ਵਿਕਟਮ ਹਾਂ, ਆਪਾਂ ਸਟੇਟ ਦੇ ਵਿਕਟਮ ਆ ਸਿੱਖ, ਕਿਉਂਕਿ ਸਾਡੀਆਂ ਜਿਹੜੀਆਂ ਜਾਇਜ਼ ਅਤੇ ਸਾਡੇ ਹੱਕ ਸੀਗੇ ਉਹਨਾਂ ਬਾਰੇ ਸਾਡੀ ਸੁਣਵਾਈ ਨਹੀਂ ਹੋ ਰਹੀ, ਕਿਉਂਕਿ ਸਾਡੀ ਜਿਹੜੀ ਅਸੀਂ ਲੀਡਰਸ਼ਿਪ ਬੁਣੀ ਉਹ ਇੱਕ ਤਾਂ ਸੋਚ ਵਿਹੂਣੀ ਸੀ, ਇੱਕ ਉਹ ਸੋਚਾਂ ਦੇ ਅੰਧੇਰੇ 'ਚ ਘਿਰੀ ਹੋਈ ਸੀ, ਇੱਕ ਬੋਧਕ ਕੰਗਾਲੀ ਦਾ ਲੰਮੇ ਸਮੇਂ ਤੋਂ ਉਹ ਲੀਡਰਸ਼ਿਪ ਸ਼ਿਕਾਰ ਆ।